ਖਬਰ ਲੈਣਿਆ ਸ਼ਿਦੀ ਫਤੇਗੜ ਸਾਹਿਬ ਅੱਜ ਸਰਹੰਦ ਤੋਂ ਫਤੇਗੜ ਰੋਡ ਦੇ ਉੱਪਰ ਇੱਕ ਗੱਡੀ ਟਰਾਲੇ ਵਿੱਚ ਜਾ ਬੱਜੀ ਤੇ ਮੌਕੇ ਤੇ ਹੀ ਗੱਡੀ ਨੂੰ ਅੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ ਗੱਡੀ ਅੰਦਰੋਂ ਲੋਕ ਹੋ ਗਈ ਤੇ ਗੱਡੀ ਵਿੱਚ ਬੈਠੇ ਦੰਪਤੀ ਜ਼ਿੰਦਾ ਸੜਨ ਲਈ ਮਜਬੂਰ ਹੋ ਗਏ ਵੀਰ ਦੀ ਤੇ ਭਾਬੀ ਦੀ ਮੌਤ ਹੋ ਗਈ ਤੇ ਜੋ ਵੀਰ ਟੀਵੀ ਸਕਰੀਨ ਤੇ ਜਿਹੜੀ ਫੋਟੋ ਤੁਸੀਂ ਵੇਖ ਰਹੇ ਹੋ ਜੇਕਰ ਤੁਸੀਂ ਇਸ ਨੂੰ ਪਛਾਣ ਸਕਦੇ ਹੋ ਦਾ ਇਸ ਦਾ ਪਤਾ ਸਾਨੂੰ ਜ਼ਰੂਰ ਦੇਵੋ ਤਾਂ ਕਿ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਸਕੀਏ ਖਬਰ ਲੈਂਦੇ ਆ ਸ਼ਿਰੀ ਫਤੇਗੜ ਸਾਹਿਬ ਅੱਜ ਸਰਹੰਦ ਤੋਂ ਫਤੇਗੜ ਰੋਡ ਦੇ ਉੱਪਰ ਇੱਕ ਗੱਡੀ ਟਰਾਲੇ ਵਿੱਚ ਜਾ ਬੱਜੀ ਤੇ ਮੌਕੇ ਤੇ ਹੀ ਗੱਡੀ ਨੂੰ ਅੱਗ ਲੱਗ ਗਈ ਅਗ ਲੱਗਣ ਤੋਂ ਬਾਅਦ ਗੱਡੀ ਅੰਦਰੋਂ ਲੋਕ ਹੋ ਗਈ ਤੇ ਗੱਡੀ ਵਿੱਚ ਬੈਠੇ ਦੰਪਤੀ ਜ਼ਿੰਦਾ ਸੜਨ ਲਈ ਮਜਬੂਰ ਹੋ ਗਏ ਵੀਰ ਦੀ ਤੇ ਭਾਬੀ ਦੀ ਮੌਤ ਹੋ ਗਈ ਤੇ ਜੋ ਵੀਰ ਟੀਵੀ ਸਕਰੀਨ ਤੇ ਜਿਹੜੀ ਫੋਟੋ ਤੁਸੀਂ ਵੇਖ ਰਹੇ ਹੋ ਜੇਕਰ ਤੁਸੀਂ ਇਸ ਨੂੰ ਪਹਿਚਾਨ ਸਕਦੇ ਹੋ ਤਾਂ ਇਸ ਦਾ ਪਤਾ ਸਾਨੂੰ ਜ਼ਰੂਰ ਦੇਵੋ ਤਾਂ ਕਿ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰ ਸਕੀਏ ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇਹ ਨਾ ਕੋਈ ਐਸੀ ਮੈਂ 10 ਵੀ ਨਹੀਂ ਸਕਦਾ ਪਰ ਜਦ ਤੋਂ ਮੈਨੂੰ ਫੀਰ ਰੀਲੀਫ ਮਿਲਿਆ 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ ਮੋਡੇ ਵੀ ਓਕੇ ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਚ ਬੇਚ ਜਿਖੋ ਕੇ ਇਸ ਨੂੰ ਇਸਤੇਮਾਲ ਕਰੋ ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ ਫੀਰ ਰੀਲੀਫ ਹਮੇਸ਼ਾ ਯਾਦ ਰੱਖੋ ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰੀਲੀਫ ਵਾਲੇ ਦੱਸਿਆ ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ ਇਹ ਬਿਲਕੁਲ ਆਯੁਰਵੈਦਿਕ ਤੇਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੇ ਮੇਰੇ ਵਾਲ ਜਿਹੜੇ ਗੰਜਪਨ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਣ ਲੱਗ ਗਏ ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ ਕਿਤਨਾ ਕੀਤੀ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਆ ਕਿ ਤੁਸੀਂ ਸੋਸਾਇਟੀ 'ਚ ਬੈਠੇ ਹੋ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ ਪਰ ਥੈਂਕਸ ਟੂ ਫ੍ਰੀ ਲੀਵ ਜਿਨੇ ਮੇਰਾ ਕੰਫੀਡੈਂਸ ਬਿਲਡ ਕੀਤਾ ਜਿਹਦੇ ਲਗਾਨ ਨਾਲ ਮੈਂ ਮਾਰਕੀਟ 'ਚ ਬੜਾ ਹੀ ਕੰਫੀਡੈਂਟ ਹਾਂ ਆਰ ਇਤਨਾ ਮੈਨੂੰ ਬੜਾ ਫਾਇਦਾ ਹੋਇਆ ਤੇ ਮੈਨੂੰ ਸਰਵਾਈਵਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰੀਲਿਫ ਮਿਲਿਆ ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲੀ ਯੂਜ਼ ਕਰ ਰਿਹਾ ਹਾਂ